ਫਿਲਮ ਕੈਰੀ ਔਨ ਜੱਟਾ 2 1 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਗਿੱਪੀ ਗਰੇਵਾਲ ਜੋ ਮੁੱਖ ਭੂਮਿਕਾ ਨਿਭਾ ਰਹੇ ਨੇ ਫਿਲਮ ਦੇ ਵਿੱਚ, ਅੱਜ ਅੰਮ੍ਰਿਤਸਰ ਪਹੁੰਚੇ ਨੇ ਫਿਲਮ ਦੀ ਪ੍ਰੋਮੋਸ਼ਨ ਲਈ। ਮੇਰੇ ਨਾਲ ਗਿੱਪੀ ਗਰੇਵਾਲ ਨੇ। ਗਰੇਵਾਲ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਦੱਸੋ, ਕੈਰੀ ਔਨ ਜੱਟਾ ਔਰ ਕੈਰੀ ਔਨ ਜੱਟਾ 2 ਦੇ ਵਿੱਚ ਕਿੰਨਾ ਕੁ ਫਰਕ ਹੈ? ਫਰਕ ਹੈ ਜੀ, 2 ਦਾ ਫਰਕ ਹੈ ਜਿਹੜਾ ਪਿੱਛੇ ਲੱਗਿਆ ਹੋਇਆ ਵਾ। ਪਹਿਲਾਂ ਵਾਲੀ ਕੱਲੀ ਕੈਰੀ ਔਨ ਜੱਟਾ ਸੀ, ਹੁਣ 2 ਲੱਗ ਗਿਆ ਜੀ। ਔਰ ਜੇ 2 ਲੱਗਿਆ ਵਾ ਤਾਂ ਇਹਦਾ ਮਤਲਬ ਇਹ ਹੈ ਕਿ ਕਾਮੇਡੀ ਵੀ ਡਬਲ ਹੋਊਗੀ, ਕਨਫਿਊਜ਼ਨ ਵੀ ਡਬਲ ਹੋਊਗੀ, ਖਲਾਰਾ ਵੀ ਡਬਲ ਹੋਊਗਾ। ਔਰ ਜੇ ਪਹਿਲਾਂ ਪੈਸੇ ਵਸੂਲ ਹੋਏ ਸੀ, ਐਤਕੀ ਡਬਲ ਤਰੀਕੇ ਨਾਲ ਵਸੂਲ ਹੋਣਗੇ। ਸੋ ਸਾਡੀ ਸਾਰੀ ਟੀਮ ਨੇ ਕੋਸ਼ਿਸ਼ ਕੀਤੀ ਹੈ ਕਿ ਪੁਰਾਣੀ ਨਾਲੋਂ ਬੈਟਰ ਫਿਲਮ ਬਣਾਈ ਜਾਵੇ ਔਰ ਇੱਕ ਚੰਗਾ ਕੰਟੈਂਟ ਹੈ ਫਿਲਮ ਦਾ। ਪਿਛਲੀ ਫਿਲਮ ਨੂੰ ਬੜਾ ਐਪਰੀਸ਼ੀਏਟ ਕੀਤਾ ਸੀ, ਕੰਟੈਂਟ ਵਧੀਆ ਸੀ। ਔਰ ਇਸ ਫਿਲਮ 'ਚ ਅਸੀਂ ਕੋਸ਼ਿਸ਼ ਕੀਤੀ ਹੈ ਕਿ ਕੰਟੈਂਟ ਦੇ ਨਾਲ ਨਾਲ ਇੱਕ ਵੱਡੇ ਕੈਨਵਸ ਦੀ ਫਿਲਮ ਬਣਾਈ ਜਾਵੇ, ਲਾਰਜਰ ਦੈਨ ਲਾਈਫ ਹੋਵੇ, ਲੋਕਾਂ ਨੂੰ ਵਿਜੂਅਲੀ ਅੱਛੀ ਲੱਗੇ। ਸੋ ਸੇਮ ਸਟਾਰ ਕਾਸਟ ਅੱਜ ਦੀ ਡੇਟ 'ਚ ਇਕੱਠੀ ਕਰਨੀ ਇੱਕ ਬਹੁਤ ਵੱਡਾ ਉਪਰਾਲਾ ਸੀਗਾ ਜੀ। ਸੋ ਟੀਮ ਨੇ ਇਕੱਠੀ ਕੀਤੀ ਔਰ ਦਿਲੋਂ ਐਫਰਟ ਕਰਕੇ ਫਿਲਮ ਬਣਾਈ ਹੈ। ਔਰ ਮੈਨੂੰ ਲੱਗਦਾ ਕਿ ਬਹੁਤ ਚੀਜ਼ਾਂ ਖਾਸ ਨੇ ਜੀ ਸਾਡੇ ਲਈ, ਤਾਂ ਫਿਲਮ ਸਪੈਸ਼ਲ ਹੈ। ਕਾਮੇਡੀ ਫਿਲਮਾਂ ਦੇ ਵਿੱਚ ਗਿੱਪੀ ਗਰੇਵਾਲ ਨੂੰ ਲੋਕਾਂ ਨੇ ਦੇਖਿਆ, ਪਸੰਦ ਕੀਤਾ, ਪਰ ਸੂਬੇਦਾਰ ਜੋਗਿੰਦਰ ਸਿੰਘ ਦੇ ਰੂਪ 'ਚ ਜਦੋਂ ਦੇਖਿਆ ਤਾਂ ਉਸ ਤੋਂ ਬਾਅਦ ਇੱਕਦਮ ਫਿਰ ਕਾਮੇਡੀ, ਤੁਹਾਨੂੰ ਨਹੀਂ ਲੱਗਦਾ ਕਿ ਉਹਦੇ ਨਾਲ ਲੋਕ ਥੋੜ੍ਹਾ ਜ਼ਿਆਦਾ ਇੱਕ ਤੁਹਾਡੀ ਜਿਹੜੀ ਇਮੇਜ ਬਣੀ ਹੈ ਉਹਦਾ ਕੋਈ ਫਰਕ ਪੈਣ ਵਾਲਾ ਇਹਦੇ ਨਾਲ? ਨਹੀਂ, ਫਰਕ ਕੀ ਪੈਣਾ ਲੱਗਾ? ਮੈਨੂੰ ਤਾਂ ਲੱਗਦਾ ਵਧੀਆ ਹੈ ਜੀ, ਚੰਗਾ ਸਰੋਤਾ ਤਾਂ ਮੈਨੂੰ ਸ਼ਾਬਾਸ਼ੀ ਦਊਗਾ ਵੀ ਚੰਗੇ ਕੰਮ ਕਰ ਰਿਹਾ ਤੂੰ, ਕਦੇ ਇੱਦਾਂ ਦਾ ਕੰਮ ਕਰਦਾ, ਕਦੇ ਉੱਦਾਂ ਦਾ ਕੰਮ ਕਰਦਾ। ਜਾਂ ਤਾਂ ਇਹ ਹੋਵੇ ਨਾ ਵੀ ਮੈਂ ਇੱਕ ਬਹੁਤ ਮਾੜਾ ਕੰਮ ਕੀਤਾ। ਸੂਬੇਦਾਰ ਜੋਗਿੰਦਰ ਸਿੰਘ ਇੱਕ ਬਾਇਓਪਿਕ ਸੀ, ਇੱਕ ਮਹਾਨ ਯੋਧੇ ਦੀ ਕਹਾਣੀ ਸੀਗੀ। ਸੋ ਮੈਂ ਉਹਦੇ ਲਈ ਪੂਰਾ ਡੈਡੀਕੇਸ਼ਨ ਨਾਲ ਕੰਮ ਕੀਤਾ ਔਰ ਬੜਾ ਮਤਲਬ ਸਾਲ ਤੋਂ ਉੱਤੇ ਸਾਡੀ ਸ਼ੂਟਿੰਗ ਨੂੰ ਲੱਗਿਆ, ਭਾਰ ਵਧਾਇਆ, ਘਟਾਇਆ, ਸਾਰੀਆਂ ਚੀਜ਼ਾਂ ਕੀਤੀਆਂ। ਔਰ ਹੁਣ ਜਦੋਂ ਕੈਰੀ ਔਨ ਜੱਟਾ ਹੈ ਜੀ, ਕੈਰੀ ਔਨ ਜੱਟਾ ਇੱਕ ਅਲੱਗ ਫੀਲ ਦੀ ਫਿਲਮ ਹੈ। ਸੋ ਮੈਂ ਜਦੋਂ ਕੈਰੀ ਔਨ ਜੱਟਾ ਤੁਹਾਨੂੰ ਦੇਖੂੰਗਾ ਤਾਂ ਤੁਸੀਂ ਦੇਖ ਕੇ ਕਹੋਗੇ ਕਿ ਸਵਾਲ ਇਸ ਲਈ ਹੈ ਕਿਉਂਕਿ ਪਹਿਲਾਂ ਕਾਮੇਡੀ ਫਿਲਮਾਂ ਤੁਸੀਂ ਕੀਤੀਆਂ, ਉਸ ਤੋਂ ਬਾਅਦ ਇਸ ਤਰ੍ਹਾਂ ਦੀ ਫਿਲਮ ਕਰਨ ਦੀ ਤੁਹਾਨੂੰ ਲੱਗਾ ਕਿ ਲੋੜ ਹੈ ਔਰ ਉਹਨੂੰ ਪਸੰਦ ਵੀ ਕੀਤਾ ਲੋਕਾਂ ਨੇ, ਪਰ ਫਿਰ ਕਾਮੇਡੀ 'ਤੇ ਆ ਗਏ ਤਾਂ ਮਤਲਬ ਕਿ ਪੰਜਾਬ ਦੇ ਲੋਕ ਅੱਜ ਵੀ ਕਾਮੇਡੀ ਨੂੰ ਦੂਜੀਆਂ ਫਿਲਮਾਂ ਨਾਲੋਂ ਜ਼ਿਆਦਾ ਪਸੰਦ ਕਰ? ਨਹੀਂ ਨਹੀਂ, ਇੱਦਾਂ ਦਾ ਬਿਲਕੁਲ ਕੋਈ ਫੰਡਾ ਨਹੀਂ ਹੈ। ਫਿਲਮ ਚੰਗੀ ਬੁਰੀ ਹੋਣੀ ਚਾਹੀਦੀ ਹੈ। ਕਾਮੇਡੀ ਤਾਂ ਮੈਂ ਬਹੁਤ ਕੀਤੀਆਂ ਨੇ, ਕਾਮੇਡੀ ਮੈਂ ਹੋਰ ਵੀ ਬੜੀਆਂ ਫਿਲਮਾਂ ਕੀਤੀਆਂ, ਉਹਨਾਂ ਦਾ ਪਾਰਟ 2 ਨਹੀਂ ਬਣ ਗਿਆ ਹੈਗਾ। ਸੋ ਚੰਗੀ ਫਿਲਮ ਆਇਆ ਤਾਂ ਮੈਂ ਅਰਦਾਸ ਕੀਤੀ ਹੈ, ਅਰਦਾਸ ਦੇ ਵਿੱਚ ਕੋਈ ਕਾਮੇਡੀ ਵਾਲਾ ਕੋਈ ਲੈਣਾ ਦੇਣਾ ਨਹੀਂ ਸੀਗਾ। ਇੱਕ ਸੰਜੀਦਾ ਫਿਲਮ ਸੀ ਔਰ ਹਿੱਟ ਫਿਲਮ ਹੈ, ਡਿਕਲੇਅਰਡ ਹਿੱਟ ਫਿਲਮ ਹੈ, ਸਭ ਨੇ ਦੇਖੀ ਆ, ਬੜੀ ਐਪਰੀਸੀਏਸ਼ਨ ਦਿੱਤੀ ਆ। ਫਿਲਮਾਂ ਭਾਅ ਜੀ 2 ਤਰੀਕੇ ਦੀਆਂ ਆਉਂਦੀਆਂ, ਇੱਕ ਹੁੰਦੀ ਹੈ ਚੰਗੀ ਫਿਲਮ, ਇੱਕ ਹੁੰਦੀ ਹੈ ਬੁਰੀ ਫਿਲਮ। ਵਿਚਾਲਾ ਕੁਛ ਨਹੀਂ ਹੁੰਦਾ, ਕਾਮੇਡੀ ਜਾਂ ਸਸਪੈਂਸ ਜਾਂ ਥ੍ਰਿਲਰ, ਇਹ ਕੁਛ ਨਹੀਂ ਹੁੰਦਾ, ਸਿਰਫ ਚੰਗੀ ਅਤੇ ਬੁਰੀ ਫਿਲਮ ਹੁੰਦੀ ਹੈ। ਕੈਰੀ ਔਨ ਜੱਟਾ ਪੁਰਾਣੀ ਚੰਗੀ ਫਿਲਮ ਸੀਗੀ, ਲੋਕਾਂ ਨੇ ਉਹਨੂੰ ਬਹੁਤ ਐਪਰੀਸ਼ੀਏਟ ਕੀਤਾ, ਬੜਾ ਪਿਆਰ ਸਤਿਕਾਰ ਦਿੱਤਾ, ਦੈਟਸ ਵਾਈ ਕੈਰੀ ਔਨ ਜੱਟਾ 2 ਬਣੀ ਹੈ। ਸੋ ਹੁਣ ਲੋਕ ਮੈਨੂੰ ਬਹੁਤ ਪੁੱਛਦੇ ਨੇ, ਭਾਅ ਜੀ ਤੁਸੀਂ ਅਰਦਾਸ 2 ਬਣਾ ਰਹੇ ਹੋ, ਤੁਸੀਂ ਜੱਟ ਜੇਮਸ ਬੌਂਡ 2 ਬਣਾ ਰਹੇ ਹੋ, ਸੋ ਉਹ ਜਿਹੜੀਆਂ ਚੰਗੀਆਂ ਫਿਲਮਾਂ ਨੇ ਉਹਨਾਂ ਦਾ, ਬਟ ਐਂ ਕਿ ਹਰੇਕ ਫਿਲਮ ਦਾ ਇਹ ਹੋ ਸਕਦਾ ਕਿ ਹੌਲੀ ਹੌਲੀ ਉਹਨਾਂ ਦੇ ਸੀਕੁਅਲ ਵੀ ਆਉਣ। ਬਿਲਕੁਲ 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 ਜੀ, ਹੋ ਸਕਦਾ। ਪਰ ਜਿਸ ਫਿਲਮ ਤੋਂ ਗਿੱਪੀ ਗਰੇਵਾਲ ਨੇ ਸ਼ੁਰੂਆਤ ਕੀਤੀ ਸੀ ਉਹ ਚੰਗੀ ਸੀ ਜਾਂ ਬੁਰੀ ਸੀ? ਮੈਂ ਮੇਲ ਕਰਾ ਦੇ ਰੱਬਾ ਤੋਂ ਸ਼ੁਰੂਆਤ ਕੀਤੀ ਸੀ ਜੀ, ਫਿਲਮ ਚੰਗੀ ਸੀਗੀ ਜੀ, ਉਹ ਉਸ ਵਕਤ ਦੀ ਸੁਪਰਹਿੱਟ ਫਿਲਮ ਸੀ। ਉਸ ਤੋਂ ਬਾਅਦ ਮੈਂ ਕੀਤੀ ਜਿਹਨੇ ਮੇਰਾ ਦਿਲ ਲੁੱਟਿਆ, ਉਹ ਵੀ ਬਲੋਕਬਸਟਰ ਫਿਲਮ ਸੀਗੀ। ਸੋ ਮੈਂ ਤੁਹਾਨੂੰ ਹਮੇਸ਼ਾ ਦੱਸਦਾ ਜੀ ਕਿ ਬੁਰੀ ਕੋਈ ਫਿਲਮ ਨਹੀਂ ਹੁੰਦੀ, ਜਦੋਂ ਸਕ੍ਰਿਪਟ ਆਉਂਦੀ ਹੈ ਨਾ, ਸਕ੍ਰਿਪਟ ਹਮੇਸ਼ਾ, ਜਦੋਂ ਸਕ੍ਰਿਪਟ 'ਤੇ ਪੈਸੇ ਲੱਗਣੇ ਨੇ, ਕੰਟੈਂਟ ਬਣਨਾ, ਸਾਰੀਆਂ ਫਿਲਮਾਂ ਚੰਗੀਆਂ ਹੁੰਦੀਆਂ ਨੇ, ਬਟ ਬਣਦੇ ਬਣਦੇ ਕਈ ਚੀਜ਼ਾਂ ਦੇ ਵਿੱਚ ਪ੍ਰੋਬਲਮ ਆ ਜਾਂਦੀ ਆ, ਕਈ ਚੀਜ਼ਾਂ ਦੀ ਕੁਛ ਆ ਜਾਂਦੀ ਆ। ਹੁਣ ਆਪਾਂ ਖੜ੍ਹੇ ਇੱਥੇ ਇੰਟਰਵਿਊ ਕਰ ਰਹੇ ਹਾਂ, ਕੋਈ ਕਹਿ ਕੇ ਯਾਰ ਜਿੱਥੇ ਖੜ੍ਹੇ ਸੀਗੇ ਜਗ੍ਹਾ ਨਹੀਂ ਠੀਕ ਹੈਗੀ ਇੰਟਰਵਿਊ ਵਾਲੀ, ਪਰ ਕਈ ਵਾਰੀ ਬੰਦੇ ਨੂੰ ਪਤਾ ਨਹੀਂ ਵੀ ਥੱਲੇ ਗਾਹ ਪੈ ਰਿਹਾ ਸੀ, ਅਸੀਂ ਉੱਤੇ ਆ ਗਏ, ਇਹਦਾ ਮਾਹੌਲ ਨਹੀਂ ਨਾ ਪਤਾ। ਸੋ ਜਿਹੜੀਆਂ ਬੈਕ ਪਰਦੇ ਦੇ ਪਿੱਛੇ ਵਾਲੀਆਂ ਚੀਜ਼ਾਂ ਕਈ ਵਾਰੀ ਲੋਕਾਂ ਨੂੰ ਉਸ ਚੀਜ਼ ਦੀ ਨੌਲੇਜ ਨਹੀਂ ਹੁੰਦੀ ਹੈਗੀ। ਸੋ ਫਿਲਮਾਂ ਸਾਰੀਆਂ ਹੀ ਚੰਗੀਆਂ ਹੁੰਦੀਆਂ ਨੇ ਔਰ ਕੋਸ਼ਿਸ਼ ਕਰਦੇ ਹਾਂ ਕਿ ਮੇਰਾ ਮਨ ਤਾਂ ਨਾ ਕਰਦਾ ਵੀ ਮੈਂ ਬੁਰੀ ਫਿਲਮ ਬਣਾਵਾਂ, ਮੇਰਾ ਤਾਂ ਮਨ ਕਰਦਾ ਵੀ ਮੈਂ ਤਾਂ ਹਰੇਕ ਹੀ ਚੰਗੀ ਫਿਲਮ ਬਣਾਵਾਂ ਔਰ ਵਧੀਆ ਤੋਂ ਵਧੀਆ ਲੈ ਕੇ ਤੁਹਾਡੇ ਰੂਪ। ਗਿੱਪੀ ਜੀ, ਪਹਿਲੀ ਕੈਰੀ ਔਨ ਜੱਟਾ ਜਦੋਂ ਆਈ ਉਹਦੇ ਵਿੱਚ ਕਈ ਡਾਇਲੋਗ ਸੀ, ਗੰਦੀ ਔਲਾਦ, ਮਜ਼ਾ ਨਾ ਸਵਾਦ ਜਾਂ ਫਿਰ ਢਿੱਲੋਂ ਨੇ ਕਾਲਾ ਕੋਟ, ਉਹ ਇਸ ਫਿਲਮ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੇ ਔਰ ਪੂਰੇ ਆਰਟਿਸਟ ਜਿਹੜੇ ਨੇ ਜ਼ਿਆਦਾਤਰ ਉਹੀ ਪਹਿਲੇ ਨੇ, ਪਰ ਇੱਕ ਆਰਟਿਸਟ ਨੂੰ ਛੱਡ ਕੇ ਮਾਹੀ ਗਿੱਲ ਨੂੰ, ਉਹਨਾਂ ਨੂੰ ਇਸ ਵਾਰ ਕਿਉਂ ਨਹੀਂ ਲਿਆ ਗਿਆ ਔਰ ਸੋਨਮ ਬਾਜਵਾ ਨੂੰ ਲੈਣ ਦੀ ਕੀ ਕਿਉਂ ਲੋੜ ਪਈ? ਨਹੀਂ, ਇੱਦਾਂ ਦਾ ਕੁਛ ਨਹੀਂ ਹੈਗਾ ਕਿ ਉਹਨਾਂ ਨੂੰ ਕਿਉਂ ਨਹੀਂ ਲੈ ਗਿਆ। ਅਤੇ ਫਾਰਮੈਟ ਬੇਸਿਕਲੀ ਸਿੱਧਾ ਸਿੱਧਾ ਸੀਗਾ ਕਿ ਜਦੋਂ ਅਸੀਂ ਫਿਲਮ ਬਣਾਈ, ਫਟਾਫਟ ਕਾਸਟ ਇਕੱਠੀ ਜਦੋਂ ਹੋਈ ਆ, ਮਾਹੀ ਜੀ ਬਹੁਤ ਜ਼ਿਆਦਾ ਹਿੰਦੀ ਫਿਲਮਾਂ ਕਰਦੇ ਨੇ, ਉਹਨਾਂ ਦੀਆਂ ਇੱਕ ਦੋ ਨਵੀਆਂ ਹਿੰਦੀ ਫਿਲਮਾਂ ਸਟਾਰਟ ਹੋਈਆਂ ਹੋਈਆਂ ਨੇ, ਜਿਹਦੇ ਕਰਕੇ ਸਕੈਜੂਅਲ ਬਿਜ਼ੀ ਸੀ। ਸੋ ਕਈ ਵਾਰੀ ਡੇਟਾਂ ਦੀ ਫਲਕਚੁਏਸ਼ਨ ਬੜੀ ਪ੍ਰੋਬਲਮ ਕ੍ਰੀਏਟ ਕਰ ਦਿੰਦੀ ਆ, ਕਿਉਂਕਿ ਐਡੀ ਵੱਡੀ ਕਾਸਟ ਦੇ ਵਿੱਚ ਸਾਰੇ ਬੰਦੇ ਇਕੱਠੇ ਕਰਨੇ ਬੜੀ ਔਖੇ ਹੋ ਗਏ ਸੀ। ਇਹਦੇ 'ਚ ਕਈ ਹੋਰ ਵੀ ਬੰਦੇ ਨੇ, ਜਿਵੇਂ ਪਿਛਲੀ 'ਚ ਸਰਦਾਰ ਸੋਈ ਸਾਹਿਬ ਸੀਗੇ, ਰਾਣਾ ਰਣਵੀਰ ਸੀਗਾ, ਉਹ ਇਹ 'ਚ ਹੈ ਨਹੀਂ ਗਿਆ ਐਤਕੀ। ਹੌਬੀ ਧਾਲੀਵਾਲ ਆ ਗਏ, ਉਪਾਸਨਾ ਸਿੰਘ ਜੀ ਆ ਗਏ, ਸੋਨਮ ਆ ਗਈ, ਸੋ ਕਈ ਨਵੇਂ ਚਿਹਰੇ ਆ ਗਏ। ਸੋ ਉਹ ਉਸ ਵਜ੍ਹਾ ਕਰਕੇ ਹੋ ਜਾਂਦੇ ਨੇ। ਸੋ ਅਦਰਵਾਈਜ਼ ਇੱਦਾਂ ਦੀ ਪ੍ਰੋਬਲਮ ਨਹੀਂ ਹੈ ਕਿ ਅਸੀਂ ਇਹਨਾਂ ਨੂੰ ਲੈਣਾ ਚਾਹੁੰਦੇ ਸੀ ਜਾਂ ਉਹਨਾਂ ਨੂੰ, ਹੋ ਸਕਦਾ ਕਿ ਇਹ ਕਹਾਣੀ
ਅਤੇ ਬਾਕੀ ਇਹ ਵੀ ਫਿਲਮ ਦਾ ਕੰਟੈਂਟ ਉੱਦਾਂ ਦਾ ਹੀ ਹੈ, ਮਾਹੌਲ ਉੱਦਾਂ ਦਾ ਹੀ ਹੈ। ਲਾਸਟ 'ਤੇ ਗਿੱਪੀ ਜੀ, ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਇਹ ਫਿਲਮ ਕਿਉਂ ਦੇਖਣ ਆਉਣ, ਔਰ ਫਿਲਮ ਦੇ ਵਿੱਚ ਜੇਕਰ ਜੋ ਲੋਕ ਆਉਂਦੇ ਨੇ ਉਹਨਾਂ ਨੂੰ ਕੀ ਐਸਾ ਖਾਸ ਮਿਲੂਗਾ ਜੋ ਪੁਰਾਣੀ ਫਿਲਮ ਦੇ ਵਿੱਚ ਨਹੀਂ ਸੀ, ਔਰ ਇਸ ਸੀਕੁਅਲ ਦੇ ਵਿੱਚ ਦੇਖ ਕੇ ਉਹਨਾਂ ਨੂੰ ਲੱਗੂਗਾ ਕਿ ਹਾਂ ਗਿੱਪੀ ਗਰੇਵਾਲ ਜਾਂ ਪੂਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ, ਐਸਾ ਕੀ ਹੈ ਉਹਦੇ 'ਚ? ਦੇਖੋ ਜੀ, ਮੈਂ ਤਾਂ ਇਹ ਕਹੂੰਗਾ ਕਿ ਪਹਿਲਾਂ ਤਾਂ ਜਿਹੜੇ ਆਉਣਗੇ ਕਿ ਪੁਰਾਣੀ ਫਿਲਮ ਦੇ ਵਿੱਚ ਸਾਰਾ ਕੁਛ ਸੀ, ਉਹ ਤਾਂ ਹੀ ਪਾਰਟ 2 ਬਣਿਆ ਜੇ ਉਹਨਾਂ ਨੂੰ ਚੰਗੀ ਲੱਗੀ ਆ, ਸਾਰਿਆਂ ਨੇ ਐਪਰੀਸ਼ੀਏਟ ਕੀਤੀ ਆ। ਇਹ ਫਿਲਮ ਅਸੀਂ ਇਹ ਸੋਚ ਕੇ ਬਣਾਈ ਆ ਕਿ ਜਿਨ੍ਹਾਂ ਨੇ ਪੁਰਾਣੀ ਫਿਲਮ ਨੂੰ ਪਸੰਦ ਕੀਤਾ ਇਹ ਫਿਲਮ ਉਹਨਾਂ ਨੂੰ ਪੂਰੀ ਵਧੀਆ ਲੱਗੇ, ਕਿਉਂਕਿ ਲੋਕਾਂ ਨੇ ਕੈਰੀ ਔਨ ਜੱਟਾ ਦੇਖ ਕੇ ਕੈਰੀ ਔਨ ਜੱਟਾ 2 ਦੇਖਣ ਆਉਣਾ ਵਾ। ਕਿਤੇ ਇਹ ਨਾ ਹੋਵੇ ਵੀ ਕੈਰੀ ਔਨ ਜੱਟਾ ਦਿਖਾ ਕੇ ਅਸੀਂ ਕੈਰੀ ਔਨ ਜੱਟਾ 2 ਜਦੋਂ ਦਿਖਾਈ ਉਹ ਬਿਲਕੁਲ ਹੀ ਨਵੀਂ ਉਹ ਚੀਜ਼ ਹੋ ਜਾਵੇ, ਇੱਦਾਂ ਦਾ ਕੁਛ ਨਹੀਂ ਹੈ। ਫਰੈਸ਼ ਪਲੋਟ ਹੈ, ਕਾਮੇਡੀ ਦੇ ਪੈਟਰਨ ਅਸੀਂ ਚੇਂਜ ਕੀਤੇ, ਔਰ ਕੋਸ਼ਿਸ਼ ਕੀਤਾ ਕਿ ਵੱਧ ਕਿਵੇਂ ਹਸਾਇਆ ਜਾਵੇ। ਪਹਿਲੀ 'ਚ ਬਹੁਤ ਹਸਾਤਾ ਸੀ, ਸੋ ਦੂਜੀ 'ਚ ਹਸਾਉਣ ਦੇ ਲਈ ਡਿਫਰੈਂਟ ਕੀ ਕੀਤਾ ਜਾ ਸਕਦਾ, ਉਹਦੇ ਲਈ ਨਵੇਂ ਗੈਗਸ ਤਿਆਰ ਕੀਤੇ ਸੀ, ਸੋ 3-4 ਨਵੀਆਂ ਐਡੀਸ਼ਨਾਂ ਜ਼ਰੂਰ ਪਾਈਆਂ ਨੇ। ਬਟ ਤੁਸੀਂ ਆਓ ਜੀ, ਆਪਣੇ ਪਰਿਵਾਰਾਂ ਸਮੇਤ ਆਓ, ਬੱਚਿਆਂ ਨੂੰ ਲੈ ਕੇ ਆਇਓ, ਬਜ਼ੁਰਗਾਂ ਨੂੰ ਲੈ ਕੇ ਆਇਓ। ਪਿਛਲੀ ਫਿਲਮ ਦੇ ਵਿੱਚ ਬੱਚਿਆਂ ਲਈ ਸਮਾਨਾ ਥੋੜ੍ਹਾ ਜਿਹਾ ਘੱਟ ਸੀਗਾ, ਜਿਹੜਾ ਐਤਕੀ ਫੁੱਲ ਹੈ, ਸੋ ਮੈਨੂੰ ਲੱਗਦਾ ਕਿ ਛੋਟੇ ਬੱਚੇ, ਔਰ ਹਾਂ ਫੈਮਿਲੀ ਵਾਲੀਆਂ ਫਿਲਮਾਂ ਹੁੰਦੀਆਂ, ਔਰ ਤੁਸੀਂ ਦੇਖਿਓ ਜੀ 1 ਜੂਨ ਨੂੰ ਕੈਰੀ ਔਨ ਜੱਟਾ 2। ਇਹ ਹਨ ਗਿੱਪੀ ਗਰੇਵਾਲ, ਇਹਨਾਂ ਦਾ ਕਹਿਣਾ ਕਿ ਕੈਰੀ ਔਨ ਜੱਟਾ 2 ਕੈਰੀ ਔਨ ਜੱਟਾ ਦਾ ਹੀ ਸੀਕੁਅਲ ਹੈ, ਪਰ ਇਸ ਫਿਲਮ ਦੇ ਵਿੱਚ ਕੁਝ ਅਜਿਹੀਆਂ ਚੀਜ਼ਾਂ ਨੇ ਜੋ ਪਿਛਲੀ ਫਿਲਮ ਦੇ ਵਿੱਚ ਮਿਸ ਸੀ, ਔਰ ਇਸ ਵਾਰ ਜੋ ਪੈਕੇਜ ਤਿਆਰ ਕੀਤਾ ਗਿਆ ਉਹ ਬੱਚਿਆਂ, ਬੁੱਢਿਆਂ, ਬਜ਼ੁਰਗਾਂ ਅਤੇ ਹਰ ਜੋ ਉਮਰ ਦੇ ਲੋਕਾਂ ਦੇ ਲਈ ਇੱਕ ਪੈਕੇਜ ਹੈ ਜਿਸ ਨੂੰ ਲੋਕ ਪਸੰਦ ਜ਼ਰੂਰ ਕਰਨਗੇ। ਔਰ 1 ਜੂਨ ਨੂੰ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ਇਸੇ ਕਰਕੇ ਅੱਜ ਇਹ ਅੰਮ੍ਰਿਤਸਰ ਪਹੁੰਚੇ ਨੇ, ਇਸੇ ਤਰ੍ਹਾਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਇਹਨਾਂ ਵੱਲੋਂ ਪ੍ਰਮੋਸ਼ਨ ਕੀਤੀ ਜਾਏਗੀ। ਔਰ ਸਾਡੇ ਵੱਲੋਂ ਵੀ ਇਹਨਾਂ ਨੂੰ ਇਸ ਫਿਲਮ ਨੂੰ ਲੈ ਕੇ ਸ਼ੁਭਕਾਮਨਾਵਾਂ ਨੇ, ਔਰ ਫਿਲਮ ਜਿਹੜੀ ਹੈ ਰਿਲੀਜ਼ ਹੋਣ ਤੋਂ ਬਾਅਦ ਕਾਮਯਾਬ ਹੋਣ ਦੀ ਪੂਰੀ ਗਿੱਪੀ ਨੂੰ ਉਮੀਦ ਹੈ। ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਾਜੀਵ ਸ਼ਰਮਾ, ਦੈਨਿਕ ਸਵੇਰਾ, ਅੰਮ੍ਰਿਤਸਰ।